ਸਤਿ ਸ਼੍ਰੀ ਅਕਾਲ, ਨਮਸਕਾਰ ਆਦਾਬ ਦੋਸਤੋ। ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ। ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ। ਬਹੁਤ ਇੰਪੋਰਟੈਂਟ ਵਲੌਗ ਹੈ ਅੱਜ ਦਾ, ਅਤੇ ਅੱਜ ਦੇ ਵਲੌਗ ਦੇ ਵਿੱਚ ਕੈਨੇਡਾ ਦੇ ਇੱਕ ਬਹੁਤ ਵੱਡੇ ਅਨਾਊਂਸਮੈਂਟ ਦੀ ਗੱਲ ਕਰਾਂਗੇ। ਖਾਸ ਕਰਕੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨਹੀਂ, ਕੈਨੇਡਾ ਦੇ ਹੋਰ ਕਿਸੇ ਮਿਨਿਸਟਰ ਨਹੀਂ, ਜਦਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਇੱਕ ਵੱਡੀ ਅਨਾਊਂਸਮੈਂਟ ਕੀਤੀ ਗਈ ਹੈ। ਜੋ ਅਨਾਊਂਸਮੈਂਟ ਹੈ ਉਸ ਤੋਂ ਸੰਕੇਤ ਕੀ ਮਿਲ ਰਹੇ ਨੇ, ਅਤੇ ਇਸ ਦਾ ਅਸਰ ਜਿਹੜਾ ਉਹ ਕੈਨੇਡਾ ਦੀ PR ਦੇ ਉੱਤੇ, ਵਰਕ ਪਰਮਿਟ ਦੇ ਉੱਤੇ, ਅਤੇ ਖਾਸ ਕਰਕੇ ਕੈਨੇਡਾ ਦੇ ਜਿਹੜੇ ਵਿਜ਼ਟਰ ਜਾਂ ਟੂਰਿਸਟ ਵੀਜ਼ਾ ਵਾਲੇ ਜਾਂਦੇ ਨੇ ਉਹਨਾਂ ਦੇ ਉੱਤੇ ਪੈਣ ਵਾਲਾ ਹੈ। ਬਹੁਤ ਵੱਡੀ ਆਪਣੇ ਆਪ ਦੇ ਵਿੱਚ ਇਹ ਅਨਾਊਂਸਮੈਂਟ ਹੈ, ਅਤੇ ਇਸ ਅਨਾਊਂਸਮੈਂਟ ਤੋਂ ਕੀ ਸੰਕੇਤ ਮਿਲਦੇ ਨੇ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ਼ਨ ਕਰਾਂਗੇ। ਇਹ ਵੀਡੀਓ ਇੰਪੋਰਟੈਂਟ ਹੈ PR ਐਪਲੀਕੇਸ਼ਨ ਜਿਨ੍ਹਾਂ ਨੇ ਲਗਾਈ ਹੈ, ਲਗਾਉਣ ਵਾਲੇ ਨੇ ਉਹਨਾਂ ਵਾਸਤੇ, ਵਰਕ ਪਰਮਿਟ ਵਾਲਿਆਂ ਵਾਸਤੇ, ਅਤੇ ਕੈਨੇਡਾ ਦੇ ਵਿਜ਼ਟਰ ਜਾਂ ਟੂਰਿਸਟ ਵੀਜ਼ਾ 'ਤੇ ਜਾਣ ਵਾਲਿਆਂ ਵਾਸਤੇ ਬਹੁਤ ਇੰਪੋਰਟੈਂਟ ਵੀਡੀਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਸਾਹਮਣੇ ਸਹੀ, ਅਥੈਂਟਿਕ ਅਤੇ ਰੀਅਲਿਟੀ ਰੱਖਣਾ ਹੁੰਦਾ ਹੈ। ਪ੍ਰਮੋਸ਼ਨਲ ਕੰਟੈਂਟ ਤਿਆਰ ਨਹੀਂ ਕਰਦੇ ਅਸੀਂ। ਕੇਪਸ ਨੋਟ SOP ਛੱਪ ਚਾਹੁੰਦੇ ਹੋ, ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਵੀਡੀਓ ਸ਼ੁਰੂ ਕਰ ਲੈਂਦੇ ਹਾਂ। ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਹੁਤ ਵੱਡੀਆਂ ਅਨਾਊਂਸਮੈਂਟ ਕੀਤੀਆਂ ਨੇ, ਅਤੇ ਖਾਸ ਕਰਕੇ PR ਵਾਲਿਆਂ ਵਾਸਤੇ ਉਹਨਾਂ ਨੇ ਕਿਹਾ ਕਿ ਜਿਹੜਾ PR ਦਾ ਨੰਬਰ ਹੈ ਉਸ ਨੂੰ ਅਸੀਂ ਘੱਟ ਕਰ ਸਕਦੇ ਹਾਂ, ਉਹਨੂੰ ਅਸੀਂ ਰਿਡਿਊਸ ਕਰ ਸਕਦੇ ਹਾਂ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਨਾਊਂਸਮੈਂਟ ਹੈ, ਕਿਉਂਕਿ ਕੈਨੇਡਾ ਨੇ ਆਪਣਾ ਇਮੀਗ੍ਰੇਸ਼ਨ ਪਲਾਨ ਜਿਹੜਾ 2024-25-26 ਦਾ ਰੱਖਿਆ ਸੀਗਾ, ਉਸ ਦੇ ਵਿੱਚ ਇਹ ਕਿਹਾ ਸੀਗਾ ਕਿ ਆਉਣ ਵਾਲੇ 2024-25 ਅਤੇ 26 ਦੇ ਵਿੱਚ ਅਸੀਂ ½ ਮਿਲੀਅਨ ਪਰ ਏਅਰ ਦੇ ਹਿਸਾਬ ਦੇ ਨਾਲ ਲੋਕਾਂ ਨੂੰ PR ਕਰਾਂਗੇ, ਯਾਨੀ ਤਕਰੀਬਨ 5 ਲੱਖ ਲੋਕਾਂ ਨੂੰ ਹਰ ਸਾਲ PR ਦੇਣ ਦੀ ਗੱਲ ਕੀਤੀ ਗਈ ਸੀਗੀ। ਪਰ ਹੁਣ ਜਿਹੜੀ ਨਵੀਂ ਅਨਾਊਂਸਮੈਂਟ ਹੈ, ਜੇਕਰ ਆਪਾਂ ਉਸ ਅਨਾਊਂਸਮੈਂਟ ਦੇ ਹਿਸਾਬ ਦੇ ਨਾਲ ਜਾਂਦੇ ਹਾਂ ਜਿਹੜੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਕਿਹਾ ਗਿਆ, ਉਹਨਾਂ ਨੇ ਕਿਹਾ ਕਿ ਅਸੀਂ PR ਦਾ ਨੰਬਰ ਘਟਾਉਣਾ ਚਾਹੁੰਦੇ ਹਾਂ ਜਾਂ ਉਸ ਬਾਰੇ ਸੋਚ ਰਹੇ ਹਾਂ। ਯਾਨੀ ਕਿ ਹੁਣ ਕੈਨੇਡਾ ਜਿਨ੍ਹਾਂ ਨੇ 500,000 ਦਾ ਟਾਰਗੇਟ ਰੱਖਿਆ ਸੀ, ਯਾਨੀ 5 ਲੱਖ ਲੋਕਾਂ ਨੂੰ PR ਦੇਣ ਦਾ ਟਾਰਗੇਟ ਰੱਖਿਆ ਸੀਗਾ ਹਰ ਸਾਲ, ਖਾਸ ਕਰਕੇ 24-25 ਅਤੇ 26 ਵਾਸਤੇ, ਉਹ ਹੁਣ ਆਪਣਾ ਇਹ ਟਾਰਗੇਟ ਜਿਹੜਾ ਉਹਦਾ ਨੰਬਰ ਘਟਾ ਸਕਦੇ ਨੇ। ਕਿੰਨਾ ਕਰਦੇ ਨੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਕਲੀਅਰ ਹੋ ਜਾਣਾ ਹੈ। ਸੋ ਖਾਸ ਕਰਕੇ ਜਿਹੜੇ ਵੀ ਸਟੂਡੈਂਟ, ਖਾਸ ਕਰਕੇ 70,000 ਉਹ ਸਟੂਡੈਂਟ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਨੇ ਇਸ ਸਾਲ ਦੇ ਐਂਡ ਤੱਕ, ਉਹਨਾਂ ਦੇ ਉੱਤੇ ਕਹਿ ਸਕਦੇ ਹਾਂ ਕਿ ਤਲਵਾਰ ਲਟਕ ਗਈ ਹੈ ਡਿਪੋਰਟੇਸ਼ਨ ਦੀ। ਉਹਨਾਂ ਦਾ ਉਹਨਾਂ ਨੂੰ ਖਦਸ਼ਾ ਹੈ ਕਿ ਉਹਨਾਂ ਨੂੰ ਕੈਨੇਡੀਅਨ ਗੌਰਮੈਂਟ ਜਿਹੜੀ ਹੈ ਉਹ ਡਿਪੋਰਟ ਕਰ ਸਕਦੀ ਹੈ ਜਦੋਂ ਉਹਨਾਂ ਦਾ ਵਰਕ ਪਰਮਿਟ ਐਕਸਪਾਇਰ ਹੋ ਗਿਆ। ਸੋ ਉਹਨਾਂ ਦੇ ਵੱਲੋਂ ਪ੍ਰੋਟੈਸਟ ਵਗੈਰਾ ਕਰਨੇ ਵੀ ਸ਼ੁਰੂ ਕਰ ਦਿੱਤੇ ਗਏ ਨੇ। ਉਸ ਤੋਂ ਬਾਅਦ ਦੂਜਾ, ਹੁਣ ਤੱਕ ਲੋ ਵੇਜ LMIA ਦੀ ਗੱਲ ਹੁੰਦੀ ਸੀਗੀ ਕਿ ਲੋ ਵੇਜ LMIA ਬੰਦ ਕਰ ਦਿੱਤਾ ਜਾਣਾ ਹੈ, ਉਸ ਨੂੰ ਲੈ ਕੇ ਬਹੁਤ ਵੱਡੀ ਕਲੀਅਰਟੀ ਆ ਚੁੱਕੀ ਹੈ। ਜਿੱਥੇ ਵੀ ਕੈਨੇਡਾ ਦੇ ਵਿੱਚ ਅਨਇੰਪਲੋਇਮੈਂਟ ਦਾ ਰੇਸ਼ੀਓ 6% ਜਾਂ ਉਸ ਤੋਂ ਜ਼ਿਆਦਾ ਹੈ, ਯਾਨੀ ਕਿ 6% ਜਾਂ ਉਸ ਤੋਂ ਜ਼ਿਆਦਾ ਲੋਕ ਜਿੱਥੇ ਅਨਇੰਪਲੋਇਡ ਨੇ ਕੈਨੇਡਾ ਦੇ ਜਿਸ ਹਿੱਸੇ ਦੇ ਵਿੱਚ, ਉੱਥੇ ਹੁਣ ਕੈਨੇਡਾ ਦਾ ਲੋ ਵੇਜ LMIA ਅਪਰੂਵ ਨਹੀਂ ਹੋਵੇਗਾ, ਅਤੇ ਇਹ ਜਿਹੜਾ ਨਵਾਂ ਰੂਲ ਹੈ 26 ਸਪਤੰਬਰ ਤੋਂ ਲਾਗੂ ਕਰ ਦਿੱਤਾ ਜਾਵੇਗਾ। ਯਾਨੀ ਕਿ ਆਉਣ ਵਾਲੇ 26 ਸਪਤੰਬਰ ਤੋਂ ਹੁਣ ਕੈਨੇਡਾ ਦੇ ਵਿੱਚ ਤੁਸੀਂ ਲੋ ਵੇਜ LMIA ਅਪਲਾਈ ਨਹੀਂ ਕਰ ਸਕਦੇ, ਖਾਸ ਕਰਕੇ ਉਹਨਾਂ ਹਿੱਸਿਆਂ ਦੇ ਵਿੱਚ ਜਿੱਥੇ ਅਨਇੰਪਲੋਇਮੈਂਟ ਰੇਟ 6% ਜਾਂ ਉਸ ਤੋਂ ਜ਼ਿਆਦਾ ਹੈ।
ਯਾਨੀ 100 ਚੋਂ ਜਿੱਥੇ 6 ਜਾਂ 6 ਤੋਂ ਜ਼ਿਆਦਾ ਲੋਕ ਅਨਇੰਪਲੋਈ ਨੇ ਉੱਥੇ ਤੁਸੀਂ LMIA ਅਪਲਾਈ ਨਹੀਂ ਕਰ ਸਕਦੇ ਲੋ ਵੇਜ ਵਾਲਾ। ਉਸ ਤੋਂ ਇਲਾਵਾ ਖਾਸ ਕਰਕੇ ਕੁਝ ਕੈਟਾਗਰੀਜ਼ ਐਗਜ਼ੈਂਪਟ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਹੈਲਥ ਕੇਅਰ ਹੈ, ਕੰਸਟਰਕਸ਼ਨ ਵਰਕਰ ਹੈ ਜਾਂ ਐਗਰੀਕਲਚਰ ਹੈ, ਜਿਨ੍ਹਾਂ ਦੇ ਜਿਹੜੇ ਇਨ ਡਿਮਾਂਡ ਕਹਿ ਸਕਦੇ ਹਾਂ ਸੈਕਟਰ ਨੇ ਜਿਹਦੇ ਵਿੱਚ ਹਾਲੇ ਵੀ ਲੋਡ ਹੈਗੀ ਹੈ, ਉਹਨਾਂ ਨੂੰ ਇਸ ਤੋਂ ਐਗਜ਼ੈਂਪਟ ਰੱਖਿਆ ਗਿਆ, ਉਹਨਾਂ ਨੂੰ ਇਸ ਕੈਟਾਗਰੀ ਤੋਂ ਬਾਹਰ ਰੱਖਿਆ ਗਿਆ, ਉਹ ਤੁਸੀਂ ਅਪਲਾਈ ਕਰ ਸਕਦੇ ਹੋ। ਉਸ ਤੋਂ ਇਲਾਵਾ ਇੱਕ ਹੋਰ ਇਹਦੇ ਵਿੱਚ ਡਿਵੈਲਪਮੈਂਟ ਹੈ ਕਿ ਜੇਕਰ ਕਿਸੇ ਇੰਪਲੋਇਰ ਨੇ ਹਾਇਰ ਵੀ ਕਰਨਾ ਹੈ ਲੋ ਵੇਜ LMIA ਦੇ ਉੱਤੇ ਜਿੱਥੇ ਇੰਪਲੋਇਮੈਂਟ ਰੇਟ ਜਿਹੜੀ 6% ਤੋਂ ਘੱਟ ਹੈ, ਉੱਥੇ ਅਨਇੰਪਲੋਇਮੈਂਟ ਰੇਟ 6% ਤੋਂ ਘੱਟ ਹੈ, ਉਸ ਜਗ੍ਹਾ ਤੋਂ ਜੇਕਰ ਕਿਸੇ ਇੰਪਲੋਇਰ ਨੇ ਹਾਇਰ ਕਰਨਾ ਹੈ ਫੋਰਨਰ ਵਰਕਰ, ਤਾਂ ਉਸਦਾ ਰੇਸ਼ੀਓ ਰੱਖਿਆ ਗਿਆ ਹੈ ਕਿ ਜੇਕਰ ਤੁਸੀਂ ਹਾਇਰ ਵੀ ਕਰਨਾ ਹੈ ਤਾਂ ਆਪਣੀ ਟੋਟਲ ਸਟਰੈਂਥ ਦਾ ਸਿਰਫ 10% ਹਿੱਸਾ ਹੀ ਤੁਸੀਂ ਹਾਇਰ ਕਰ ਸਕਦੇ ਹੋ। ਯਾਨੀ ਜੇਕਰ ਤੁਹਾਡੇ ਕੋਲ 10 ਵਰਕਰ ਨੇ ਤਾਂ 9 ਤੁਹਾਡੇ ਕੈਨੇਡਾ ਦੇ ਹੋਣੇ ਚਾਹੀਦੇ ਨੇ, ਇੱਕ ਵਰਕਰ ਜਿਹੜਾ ਉਹੀ ਤੁਸੀਂ ਆਊਟਸਾਈਡ ਕੈਨੇਡਾ ਤੋਂ ਹਾਇਰ ਕਰ ਸਕਦੇ ਹੋ। ਯਾਨੀ ਕਿ 10 ਚੋਂ ਸਿਰਫ ਇੱਕ ਵਿਅਕਤੀ ਜਿਹੜਾ ਹੈ ਉਹੀ ਆਊਟਸਾਈਡ ਕੈਨੇਡਾ ਤੋਂ ਆ ਕੇ ਕੰਮ ਕਰ ਸਕਦਾ ਹੈ ਤੁਹਾਡੇ ਕੋਲ, ਇਹ ਇੰਪਲੋਇਰ ਵਾਸਤੇ ਸ਼ਰਤ ਰੱਖੀ ਗਈ ਹੈ। ਉਸ ਤੋਂ ਇਲਾਵਾ ਇੱਕ ਹੋਰ ਇਸ ਦੇ ਵਿੱਚ ਡਿਵੈਲਪਮੈਂਟ ਹੈ ਕਿ ਇਸ ਦੇ ਉੱਤੇ ਵੀ ਕੈਪ ਅਨਾਊਂਸ ਕਰ ਦਿੱਤਾ ਗਿਆ। 65,000 ਯਾਨੀ ਕਿ 65,000 ਤੱਕ ਹੀ ਜਿਹੜੇ ਇੰਪਲਾਇਰ ਹੈ ਉਹ ਲੋ ਵੇਜ LMIA ਦੇ ਹਾਇਰ ਕੀਤੇ ਜਾ ਸਕਦੇ ਨੇ, ਇਸ ਤੋਂ ਵੱਧ ਨਹੀਂ ਕੀਤੇ ਜਾ ਸਕਦੇ। ਜਦੋਂ ਇਹ ਨੰਬਰ ਪੂਰਾ ਹੋ ਗਿਆ ਤਾਂ ਉਸ ਤੋਂ ਬਾਅਦ ਕੋਈ ਵੀ ਲੋ ਵੇਜ LMIA ਅਪਰੂਵ ਨਹੀਂ ਹੋਵੇਗੀ। ਇਹ ਤੀ ਸੀਗੀ ਲੋ ਵੇਜ LMIA ਨੂੰ ਲੈ ਕੇ। ਉਸ ਤੋਂ ਬਾਅਦ ਲੋ ਵੇਜ LMIA ਦੇ ਨਾਲ ਨਾਲ ਜਿਹੜੀ ਹਾਇਰ ਵੇਜ ਦੀ LMIA ਜਾਂ ਮੀਡੀਅਮ ਵੇਜ ਦੀ LMIA ਯਾਨੀ ਕਿ 27.5 ਡੋਲਰ ਤੋਂ ਉੱਪਰ ਵਾਲੀ ਪਰ ਆਸ ਉੱਪਰ ਵਾਲੀ ਜਿਹੜੀ LMIA ਹੈ ਉਸ ਦੇ ਉੱਤੇ ਜੇਕਰ ਆਪਾਂ ਜਾਂਦੇ ਹਾਂ ਤਾਂ ਉਸ LMIA ਦੇ ਉੱਤੇ ਰੀਥਿੰਕ ਕਰਨ ਜਾ ਰਹੀ ਹੈ ਕੈਨੇਡਾ। ਜੀ ਹਾਂ, ਜਿਹੜੀ ਕੈਨੇਡਾ ਦੀ ਸੋਸ਼ਲ ਬੋਡੀ ਹੈ, ਕਹਿ ਸਕਦੇ ਹੋ ਕਿ ESDC, ਉਸ ਨੂੰ ਰਿਵਿਊ ਕਰਨ ਦੇ ਲਈ ਕਿਹਾ ਗਿਆ ਹੈ ਅਤੇ 3 ਮਹੀਨੇ ਦਾ ਸਮਾਂ ਜਿਹੜਾ ਉਸ ਨੂੰ ਦਿੱਤਾ ਗਿਆ ਹੈ ਕਿ 3 ਮਹੀਨੇ ਦੇ ਵਿੱਚ ਜਿਹੜੀ ਹਾਈ ਵੇਜ LMIA ਹੈ ਜਾਂ ਮੀਡੀਅਮ ਵੇਜ LMIA ਹੈ ਉਸ ਨੂੰ ਰਿਵਿਊ ਕਰੋ, ਰਿਵਿਊ ਕਰਕੇ ਦੇਖੋ ਕਿ ਉੱਥੇ ਕੀ ਕੁਝ ਚੇਂਜਸ ਕੀਤੇ ਜਾ ਸਕਦੇ ਆ। ਸੋ ਕੈਨੇਡਾ ਉਸ ਦੇ ਵਿੱਚ ਵੀ ਵੱਡੇ ਅਮੈਂਡਮੈਂਟ ਕਰ ਸਕਦੀ ਹੈ। ਜੀ ਹਾਂ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਅਨਾਊਂਸਮੈਂਟ ਹੈ ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਕੇਤ ਦਿੱਤੇ ਨੇ ਕਿ ਅਜਿਹਾ ਹੋ ਸਕਦਾ ਹੈ। ਹੁਣ ਇਸ ਤੋਂ ਬਾਅਦ ਕੈਨੇਡਾ ਦੀ ਇਮੀਗ੍ਰੇਸ਼ਨ ਸਿਸਟਮ ਜਿਹੜਾ ਉਹ ਟੋਟਲ ਅਤੇ ਟੋਟਲ ਚੇਂਜ ਹੋਣ ਜਾ ਰਿਹਾ ਹੈ, ਕਹਿ ਸਕਦੇ ਆਪਾਂ ਕਿ ਕੈਨੇਡਾ ਹੁਣ ਟੈਂਪਰੇਰੀ ਰੈਜ਼ੀਡੈਂਸ ਨੂੰ ਖਤਮ ਕਰਨ ਵਾਸਤੇ ਆਪਾਂ ਤਾਂ ਇਹ ਸੋਚ ਰਹੇ ਸੀ ਕੈਨੇਡਾ PR ਦਾ ਨੰਬਰ ਜਿਹੜਾ ਉਹ ਹੋਰ ਵਧਾ ਸਕਦੀ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੈਨੇਡਾ ਦੇ ਵਿੱਚ PR ਕਰਕੇ ਅਤੇ ਜਿਹੜਾ ਉਹਨਾਂ ਦੀ ਟੋਟਲ ਪੋਪੂਲੇਸ਼ਨ ਦਾ ਕਹਿ ਸਕਦੇ ਹਾਂ ਕਿ ਉਹ ਚਾਹੁੰਦੇ ਨੇ ਕਿ 5% ਤੋਂ ਘੱਟ ਲੋਕ ਜਿਹੜੇ ਹੈ ਉਹ ਟੈਂਪਰੇਰੀ ਰੈਜ਼ੀਡੈਂਸ 'ਤੇ ਹੋਣ, ਉਹ ਆਪਣਾ ਰੇਸ਼ੀਓ ਕੰਪਲੀਟ ਕਰੇ। ਪਰ ਹੁਣ ਕੈਨੇਡਾ ਦੂਜੇ ਪਾਸੇ ਨੂੰ ਤੁਰ ਪਿਆ ਅਤੇ ਉਸਦੇ ਵੱਲੋਂ ਇਹ ਖਾਸ ਤੌਰ 'ਤੇ ਕਹਿ ਦਿੱਤਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਉਹ ਟੈਂਪਰੇਰੀ ਫੋਰਨ ਵਰਕਰ ਜਾਂ ਫਿਰ ਟੈਂਪਰੇਰੀ ਰੈਜ਼ੀਡੈਂਸ ਨੂੰ ਬਹੁਤ ਜ਼ਿਆਦਾ ਘੱਟ ਕਰਨਾ ਚਾਹੁੰਦੇ ਨੇ, ਜਿਸ ਨੂੰ ਲੈ ਕੇ ਬਹੁਤ ਵੱਡੇ ਮੇਜ਼ਰਸ ਜਿਹੜੇ ਆ ਉਹ ਲਏ ਗਏ ਨੇ। ਸੋ ਇਸਦਾ ਜਿਹੜਾ ਅਸਰ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਖਾਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ PR ਵਾਸਤੇ PR ਅਪਲਾਈ ਕਰਨੀ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਉਹਨਾਂ ਵਾਸਤੇ, ਅਤੇ ਖਾਸ ਕਰਕੇ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਨੇ ਉਹਨਾਂ ਦਾ ਉਹਨਾਂ ਵਾਸਤੇ ਬਹੁਤ ਚਿੰਤਾ ਦਾ ਵਿਸ਼ਾ ਹੈ। ਉਸ ਤੋਂ ਇਲਾਵਾ ਜਿਹੜੇ ਵੀ ਲੋ ਵੇਜ LMIA ਵਾਲੇ ਆ ਉਹਨਾਂ ਦਾ ਹੁਣ ਕਾਰੋਬਾਰ ਜਿਹੜਾ ਹੈ ਉਹ ਠੱਪ ਹੋਣ ਜਾ ਰਿਹਾ, ਖਾਸ ਕਰਕੇ ਕਈ ਏਜੰਟ ਜਿਹੜੇ ਇਸ ਦੇ ਉੱਤੇ
ਵਧੀਆ ਰੋਟੀਆਂ ਸੇਕਦੇ ਸੀਗੇ, ਉਹਨਾਂ ਦਾ ਖਾਸ ਕਰਕੇ ਕਾਰੋਬਾਰ ਦੇ ਉੱਤੇ ਬਹੁਤ ਵੱਡਾ ਅਸਰ ਪੈਣ। ਜਿਹੜੇ ਵਿਜ਼ਟਰ ਟੂਰਿਸਟ ਵੀਜ਼ਾ ਵਾਲੇ ਆ ਉਹਨਾਂ ਵਾਸਤੇ ਇੱਕ ਨਵੀਂ ਅਨਾਊਂਸਮੈਂਟ ਆ ਚੁੱਕੀ ਹੈ ਕਿ ਵਿਜ਼ਟਰ ਟੂਰਿਸਟ ਵੀਜ਼ਾ 'ਤੇ ਜਾ ਕੇ ਤੁਸੀਂ ਆਪਣਾ ਸਟੇਟਸ ਜਿਹੜਾ ਉਹਨੂੰ ਵਰਕ ਪਰਮਿਟ ਦੇ ਵਿੱਚ ਕਨਵਰਟ ਨਹੀਂ ਕਰਾ ਸਕਦੇ ਇਨਸਾਈਡ ਕੈਨੇਡਾ ਤੋਂ, ਉਸਦੇ ਵਾਸਤੇ ਤੁਹਾਨੂੰ ਆਊਟਸਾਈਡ ਕੈਨੇਡਾ ਆਉਣਾ ਪਵੇਗਾ। ਉੱਥੋਂ ਹੀ ਸਿਰਫ ਤੁਸੀਂ ਅਪਲਾਈ ਕਰ ਸਕਦੇ ਹੋ, ਇਨਸਾਈਡ ਕੈਨੇਡਾ ਤੋਂ ਨਹੀਂ ਅਪਲਾਈ ਕਰ ਸਕਦੇ। ਅਤੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਹਿ ਸਕਦੇ ਆ ਕਿ ਚੇਂਜਸ ਹੈ। ਅਤੇ ਜੇਕਰ ਉਹ ਆਊਟਸਾਈਡ ਕੈਨੇਡਾ ਤੋਂ ਆ ਕੇ ਅਪਲਾਈ ਕਰਨਗੇ ਤਾਂ ਉਹਨਾਂ 'ਤੇ ਉਹ ਸਾਰੇ ਰੂਲ ਕੰਡੀਸ਼ਨ ਲਾਗੂ ਹੋਣਗੇ, ਜਿਹੜੇ ਵੀ ਲੋਅ ਵੇਜ LMIA ਵਾਲੇ ਹੈ, ਜਿਹੜੇ ਵੀ ਹਾਇਰ ਵੇਜ LMIA ਦੇ ਵਿੱਚ ਰਿਵਿਊ ਕਰਨ ਜਾ ਰਹੀ ਹੈ ਕੈਨੇਡਾ। ਸੋ ਇਹ ਆਪਣੇ ਆਪ ਦੇ ਵਿੱਚ ਕੈਨੇਡਾ ਦਾ ਇੱਕ ਵੱਡਾ ਮੂਵ ਕਿਹਾ ਜਾ ਸਕਦਾ ਹੈ। ਸੋ LMIA ਵਾਲੇ ਵਰਕ ਪਰਮਿਟ ਦੇ ਉੱਤੇ, ਵਿਜ਼ਟਰ ਟੂਰਿਸਟ ਵੀਜ਼ਾ ਵਾਲਿਆਂ ਵਾਸਤੇ ਅਤੇ PR ਵਾਲਿਆਂ ਵਾਸਤੇ ਬਹੁਤ ਵੱਡਾ ਕਹਿ ਸਕਦੇ ਝਟਕਾ ਜਸਟਿਨ ਟਰੂਡੋ ਨੇ ਦਿੱਤਾ ਹੈ। ਉਮੀਦ ਕਰਦਾ ਮੈਨੂੰ ਪਸੰਦ ਆਇਆ ਹੋਗਾ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ, ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ। ਮਕਸਦ ਤੁਹਾਡੇ ਸਾਹਮਣੇ ਸਹੀ, ਅਥੈਂਟਿਕ ਅਤੇ ਰਿਐਲਿਟੀ ਰੱਖਣਾ ਹੁੰਦਾ ਹੈ, ਪ੍ਰਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ। ਕੇਪਸ ਨੋਟ SOP ਛੱਡ ਚਾਹੁੰਦੇ ਹੋ, ਪ੍ਰੋਫਾਈਲ ਆਪਣੀ ਡਿਸਕਸ ਕਰਨਾ ਚਾਹੁੰਦੇ ਹੋ, ਪ੍ਰੋਫਾਈਲ ਦੀ ਪ੍ਰਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ, ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।